ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹਨਾਂ ਸਾਧਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਨੂੰ ਰੱਜ ਕੇ ਬਦਨਾਮ ਕੀਤਾ ਅਤੇ ਸੰਗਤਾਂ ਦਾ ਬਹੁਤ ਸ਼ੋਸ਼ਣ ਕੀਤਾ। ਅਜਿਹੀਆਂ ਕਰਤੂਤਾਂ ਕਰਕੇ ਇਹਨਾਂ ਨੂੰ ਗੁਰੂ ਘਰ ਵਿੱਚ ਦੁਬਾਰਾ ਸੇਵਾ ਕਰਨ ਦਾ ਮੌਕਾ ਹੀ ਨਹੀਂ ਦੇਣਾ ਚਾਹੀਦਾ, ਕਿਉਂਕਿ ਇਹਨਾਂ ਲੋਕਾਂ ਦੇ ਉੱਤੋਂ ਸੰਗਤਾਂ ਦਾ ਭਰੋਸਾ ਉੱਠ ਗਿਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਂਦੀ ਹਾਂ ਜਿਸ ਵਿੱਚ ਠਾਠਾਂ ਵਾਲੇ ਬਾਬੇ ਨੇ ਸੰਗਤਾਂ ਮੂਹਰੇ ਆਪ ਮਾਫ਼ੀ ਮੰਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਿਛਲੇ ਦਿਨਾਂ ਤੋਂ ਨਾਨਸਾ ਸੰਪਰਦਾ ਬਾਰੇ ਵਿਵਾਦ ਚੱਲ ਰਹੇ ਨੇ, ਇਸ ਤਰ੍ਹਾਂ ਕਿ ਚਰਨ ਘਰ ਦਾ ਮਸਲਾ ਜੋ ਉੱਥੋਂ ਦੇ ਸਾਧ ਨੇ ਲੜਕੀਆਂ ਦੇ ਨਾਲ ਕੁਕਰਮ ਕੀਤਾ, ਉਹ ਬੇਸ਼ੱਕ ਸੰਪਰਦਾ ਨਾਲ ਉਹਦਾ ਕੋਈ ਸੰਬੰਧ ਨਹੀਂ ਸੀ, ਉਹਨੇ ਨਾਮ ਵਰਤਿਆ ਨਾਨਕਸਰ ਦਾ। ਦੂਸਰਾ, ਜੱਸੀ ਜੋ ਇੱਥੇ ਕਰਮਚਾਰੀ ਸੀ ਨਾਨਕਸਰ ਦੇ ਵਿੱਚ, ਮੁਲਾਜ਼ਮ ਸੀ, ਤਨਖਾਹ 'ਤੇ ਲੱਗਾ ਹੋਇਆ ਸੀ, ਜੋ ਉਸਨੇ ਬੱਚੇ ਦੇ ਨਾਲ ਕੁਕਰਮ ਕੀਤਾ ਅਤੇ ਦਾਸ ਨੇ ਹੀ ਉਸਨੂੰ ਪੁਲਿਸ ਨੂੰ ਫੜਾਇਆ ਸੀਗਾ ਅਤੇ ਬੇਨਤੀ ਕੀਤੀ ਸੀ ਵੀ ਵੱਧ ਤੋਂ ਵੱਧ ਸਖ਼ਤ ਤੋਂ ਸਖ਼ਤ ਧਾਰਵਾਈਆਂ ਜਾਣ। ਇਹ ਬਹੁਤ ਘਨੌਤੀ ਹਰਕਤ ਸੀਗੀ, ਔਰ ਅਗਰ ਅੱਜ ਵੀ ਜੇ ਗੌਰਮੈਂਟ ਵੱਲੋਂ ਕੋਈ ਕਾਨੂੰਨੀ ਕਾਰਵਾਈ ਵਿੱਚ ਢਿੱਲ ਮਾਠਾ, ਤਾਂ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਖ਼ਤੋ ਸਖ਼ਤ ਉਹਨਾਂ ਦੇ ਧਾਰ ਲਈ ਜਾਣ ਤਾਂ ਕਿ ਉਹ ਇਹੋ ਜਿਹੇ ਵਿਅਕਤੀ ਬਾਹਰ ਨਾ ਆ ਸਕਣ। ਦੂਸਰੀ ਬੇਨਤੀ ਆ ਕਿ ਜੋ ਐਡਾ ਵੱਡਾ ਵਾਕਿਆ ਹੋਇਆ ਤਾਨਸਾਰ ਦੇ ਸੰਪਰਦਾ ਨੂੰ ਕਿੰਨਾ ਧੱਬਾ ਲਾਇਆ, ਅਤੇ ਇਸ ਚੀਜ਼ ਦਾ ਮੈਂ ਸੰਗਤਾਂ ਕੋਲੋਂ ਮਾਫ਼ੀ ਮੰਗਦਾ, ਔਰ ਅੱਗੇ ਵਾਸਤੇ ਵੀ ਸੁਚੇਤ ਰਹਿ ਕੇ ਚੱਲਾਂਗੇ। ਭਾਵੇਂ ਕੋਈ ਕਰਮਚਾਰੀ ਸੀ, ਪਰ ਠੇਸ ਤਾਂ ਸੰਪਰਦਾ ਨੂੰ ਪਹੁੰਚਦੀ ਹੈ ਨਾ। ਹੁਣ ਇੱਦਾਂ ਪਤਾ ਨਹੀਂ ਲੱਗਦਾ ਵੀ ਕੌਣ ਇੱਥੇ ਕੀ ਹੋ ਰਿਹਾ, ਪਰ ਲੇਕਿਨ ਜਿਹੜੀ ਠੇਸ ਆ ਉਹ ਸੰਪਰਦਾ ਨੂੰ ਪਹੁੰਚਦੀ ਹੈ। ਇਹ ਮੈਨੂੰ ਮਹਿਸੂਸ ਹੁੰਦਾ ਕਿ ਸੰਗਤਾਂ ਦੇ ਹਿਰਦਿਆਂ ਨੂੰ ਬਹੁਤ ਠੇਸ ਪਹੁੰਚੀ ਆ, ਅਤੇ ਉਹਦੀ ਆਪਾਂ ਖਿਮਾ ਵੀ ਮੰਗਦੇ ਹਾਂ। ਔਰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੋ ਇਸ ਸਟੈਪ ਦੇ ਵਿੱਚ ਆਏ, ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਪਰਦਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਸੋ ਸੰਗਤ ਜੀ, ਦੇਖ ਸੁਣ ਲਈ ਤੁਸੀਂ ਵੀਡੀਓ, ਇਹ ਬਾਬਾ ਲੱਖਾ ਸਿੰਘ ਦੇ ਵਿਚਾਰ ਨੇ ਜੋ ਅੱਜ ਆਪ ਮੁਹਾਰੇ ਹੋ ਕੇ ਮਾਫ਼ੀ ਮੰਗਦਾ ਫਿਰਦਾ। ਬਹੁਤ ਹੀ ਮੰਦਭਾਗੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਨਾਨੀਆਂ ਦਾ, ਔਰਤਾਂ ਦਾ, ਬੱਚੀਆਂ ਤੱਕ ਦਾ ਬਲਾਤਕਾਰ ਕੀਤਾ ਗਿਆ। ਮੱਸੇ ਰੰਗੜ ਤੋਂ ਵੀ ਅੱਗੇ ਲੰਘ ਚੁੱਕੇ ਨੇ ਇਹ ਲੋਕ। ਗੁਰੂ ਸਾਹਿਬ ਜੀ ਨੇ ਸਿੱਖ ਨੂੰ ਕੀਰਤੀ ਬਣਾਇਆ, ਨਾ ਕਿ ਵਿਹਲੜ ਪੁਜਾਰੀ ਬਣਾਇਆ। ਬਾਬਾ ਜੀ ਮੇਰੀ ਮੰਨੋ ਅਤੇ ਖੇਤਾਂ ਵਿੱਚ ਜਾ ਕੇ ਹਲ ਚਲਾਓ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ। ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹਨਾਂ ਸਿਧਾਂਤਾਂ 'ਤੇ ਚੱਲੋ। ਵਿਹਲੇ ਰਹਿ ਕੇ ਬਦਾਮ ਖਾ ਕੇ ਦਿਮਾਗ ਵਿੱਚ ਗਲਤ ਖਿਆਲ ਹੀ ਤਾਂ ਆਉਣਗੇ, ਮੇਰੀ ਮੰਨੋ ਤਾਂ ਇਹਨਾਂ ਲਿਸ਼ਕਾਂ ਪੁਸ਼ਕਾਂ ਦੇ ਵਿੱਚੋਂ ਬਾਹਰ ਨਿਕਲੋ, ਪੰਜਾਬ ਅਤੇ ਸਿੱਖ ਕੌਮ ਦੀ ਸੇਵਾ ਕਰੋ, ਫਿਰ ਦੇਖਿਓ ਤੁਹਾਡੇ ਵੱਲ ਕੋਈ ਉਂਗਲ ਵੀ ਨਹੀਂ ਚੁੱਕ ਸਕਦਾ। ਬਾਕੀ ਪੰਜਾਬ ਦੇ ਡੇਰਿਆਂ ਦਾ ਗੰਦ ਸਾਫ਼ ਕਰਨਾ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਹੀ ਕੰਮ ਨਹੀਂ ਹੈ, ਤੁਸੀਂ ਵੀ ਅੱਗੇ ਹੋ ਕੇ ਸਾਥ ਦੇਵੋ। ਸਿੱਖੀ ਸਿਧਾਂਤ 'ਤੇ ਚੱਲੋ, ਐਵੇਂ ਹੀ ਆਪਣੀ ਮਰਿਆਦਾ ਨਾਲ ਬਣਾਈ ਚੱਲੋ। ਤਾਂ ਇੱਕ ਬੇਨਤੀ ਮੇਰੇ ਵੱਲੋਂ ਹੈ ਕਿ ਰਾਜਨੀਤਿਕ ਲੋਕਾਂ ਤੋਂ ਜਰਾ ਪਿੱਛੇ ਹੀ ਰਹੋ, ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਪਾਓ। ਇਹ ਲੋਕ ਕੌਮ ਨੂੰ ਢਾਹ ਲਾਉਣ ਲਈ ਤਾਂ ਤੁਹਾਡੇ ਵਰਗਿਆਂ ਨਾਲ ਹੱਥ ਮਿਲਾਉਂਦੇ ਨੇ, ਅਤੇ ਤੁਸੀਂ ਮੋਦੀ ਵਰਗਿਆਂ ਦੇ ਨਾਲ ਫੋਟੋ ਖਿਚਵਾ ਕੇ ਆਪਣੇ ਆਪ 'ਚ ਬੜਾ ਹੀ ਮਾਣ ਮਹਿਸੂਸ ਕਰਦੇ ਹੋ। ਤੁਸੀਂ ਲੋਕ ਸਿੱਧੇ ਰਸਤੇ ਪੈ ਜਾਓ।
ਅਸੀਂ ਅਕਾਲ ਤਖ਼ਤ ਸਾਹਿਬ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਦੀ ਸੇਵਾ ਨੂੰ ਪਹਿਚਾਣੋ, ਵੀਰ ਦਾ ਸਾਥ ਦਿਓ। ਇਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਰਸੇ ਵਾਲੇ ਨੀਵੀਂ ਬਿਰਤੀ ਨੇ ਇਸੇ ਕਰਕੇ ਸਿੱਖ ਕੌਮ ਨੂੰ ਢਾ ਲਈ ਹੈ। ਅੱਜ ਆ ਗਿਆ ਨਾ ਸੱਚ ਸਾਹਮਣੇ, ਹੁਣ ਇਹ ਲਾਣਾ ਕਿਤੇ ਵੀ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਹੱਥ ਵਿੱਚ ਬਰਸ਼ਾ ਫੜ ਕੇ ਤੁਸੀਂ ਗੁਰੂ ਜਾਂ ਸੰਗਤ ਪਾਸੋਂ ਬਖਸ਼ੇ ਥੋੜ੍ਹੀ ਜਾਓਗੇ? ਨਹੀਂ, ਕਦੇ ਨਹੀਂ। ਐਵੇਂ ਨਹੀਂ ਭਾਈ ਨਰਾਇਣ ਸਿੰਘ ਚੋੜਾ ਗੁਰੂ ਦੀ ਹਦੂਦ ਵਿੱਚ ਪਹੁੰਚ ਗਏ, ਇੱਥੋਂ ਹੀ ਸਭ ਸਾਫ਼ ਹੈ। ਅਤੇ ਜੇ ਗੱਲ ਕਰੀਏ ਇਹਨਾਂ ਸਾਧਾਂ ਦੀ, ਬਾਬੇ ਨਾਨਕ ਨੇ ਵਿਆਹ ਕਰਾਉਣ ਤੋਂ ਮਨਾ ਥੋੜ੍ਹੀ ਕੀਤਾ, ਪਰ ਤੁਸੀਂ ਜ਼ਿੰਮੇਵਾਰੀਆਂ ਤੋਂ ਡਰਦੇ ਹੋ। ਤੁਸੀਂ ਆਪਣੇ ਡੇਰੇ ਬਣਾ ਲਏ ਅਤੇ ਗੁਰੂ ਦੇ ਨਾਮ ਦੇ ਵਿੱਚ ਕੁਕਰਮ ਕਰਦੇ ਹੋ, ਅਤੇ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਦੀ ਹਜ਼ੂਰੀ ਸਮਝ ਕੇ ਤੁਹਾਡੇ ਡੇਰਿਆਂ 'ਤੇ ਪਹੁੰਚਦੀਆਂ ਨੇ, ਅਤੇ ਤੁਸੀਂ ਉਹਨਾਂ ਨਾਲ ਕੁਕਰਮ ਕਰਦੇ ਹੋ। ਅਤੇ ਨਿੱਕੇ ਨਿੱਕੇ ਬੱਚਿਆਂ ਦੀ ਹੱਤਿਆ ਤੱਕ ਤੁਸੀਂ ਕੀਤੀ ਹੈ, ਹੁਣ ਵੀ ਗੁਰੂ ਤੋਂ ਭੁੱਲ ਬਖਸ਼ਾ ਲਓ, ਬਖਸ਼ੇ ਜਾਓਗੇ। ਕੀਤੀ ਹੋਈ ਗਲਤੀਆਂ ਦਾ ਅੰਤ ਨਹੀਂ ਤਾਂ ਬਹੁਤ ਹੀ ਮਾੜਾ ਹੁੰਦਾ। ਹੁਣ ਵੀ ਗੁਰੂ ਸਾਹਿਬ ਦੇ ਸਿਧਾਂਤਾਂ 'ਤੇ ਚੱਲੋ ਅਤੇ ਗੁਰੂ ਪਾਤਸ਼ਾਹ ਤੋਂ ਭੁੱਲ ਬਖਸ਼ਾ ਲਓ, ਬਖਸ਼ੇ ਜਾਵੋਗੇ। ਸੋ ਸੰਗਤ ਜੀ, ਤੁਹਾਡੇ ਇਸ ਵੀਡੀਓ 'ਤੇ ਕੀ ਵਿਚਾਰ ਹਨ? ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।